ਅਸ਼ਲੀਲ ਵੀਡੀਓ ਮਾਮਲੇ ਦੇ ਵਿੱਚ ਪੰਜਾਬ ਦੇ ਰਾਜਪਾਲ ਦੇ ਵੱਲੋਂ ਪੰਜਾਬ ਸਰਕਾਰ ਨੂੰ ਨਾਗਵਲ ਪਾ ਲਿਆ ਗਿਆ। ਪੰਜਾਬ ਸਰਕਾਰ ਨੂੰ ਬੁਰੇ ਤਰੀਕੇ ਨਾਲ ਫਸਾ ਲਿਆ ਗਿਆ ਹੈ। ਕਿਵੇਂ? ਗੱਲਬਾਤ ਇਸੇ ਕਰਾਂਗੇ ਤਾਂ ਉਧਰ ਰਾਜਪਾਲ ਨੇ ਇਸ ਅਸ਼ਲੀਲ ਵੀਡੀਓ ਦੇ ਵਿੱਚ ਕੀਤਾ ਕੀ ਹੈ, ਜਾਂ ਕਹੀਏ ਕਿ ਇਸ ਪੂਰੇ ਮਾਮਲੇ 'ਚ ਉਹਨਾਂ ਦੀ ਕਾਰਵਾਈ ਕੀ ਹੈ, ਕਿਵੇਂ ਨਾਗਵਲ ਪਾਇਆ, ਉਹ ਤੁਹਾਨੂੰ ਜਿਹੜੀ ਆ ਦੱਸਾਂਗੇ। ਤਾਂ ਇਸ ਨਾਗਵਲ ਦੇ ਵਿੱਚੋਂ ਕੀ ਸਰਕਾਰ, ਕੀ ਮੰਤਰੀ, ਕੀ ਮੁੱਖ ਮੰਤਰੀ ਜਿਹੜੇ ਆ ਉਹ ਨਿਕਲ ਪਾਉਣਗੇ ਜਾਂ ਨਹੀਂ, ਗੱਲਬਾਤ ਇਸ ਤੇ ਕਰਾਂਗੇ। ਤਾਂ ਉਧਰ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਵੀ ਇਹ ਜਿਹੜੀ ਅਸ਼ਲੀਲ ਵੀਡੀਓ ਹੈ, ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮੁਸ਼ਕਲ ਦਾ ਜਿਹੜਾ ਸਬੱਬ ਬਣਿਆ ਹੋਇਆ। ਉਧਰ ਦੋ ਮੰਤਰੀਆਂ ਦੀਆਂ ਤੇ ਇੱਕ ਜਿਹੜੇ ਅਰਵਿੰਦ ਕੇਜਰੀਵਾਲ ਦੀ ਸ਼ਿਕਾਇਤ ਵੀ ਹੋਈ ਹੈ। ਕੀ ਸ਼ਿਕਾਇਤ ਹੈ, ਗੱਲਬਾਤ ਉਸ ਤੇ ਵੀ ਕਰਨੀ ਹੈ। ਤਾਂ ਉਧਰ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਇੱਕ ਵੱਡਾ ਜਿਹੜਾ ਵਾਅਦਾ ਕੀਤਾ ਗਿਆ ਸੀਗਾ, ਉਸ ਵਾਅਦੇ ਨਾਲ ਸੰਬੰਧੀ ਇੱਕ ਵੱਡੀ ਅਸਲੀਅਤ ਜਿਹੜੀ ਸਾਹਮਣੇ ਆਈ ਹੈ, ਕੀ ਉਹ ਅਸਲੀਅਤ ਸਾਹਮਣੇ ਆਈ ਹੈ, ਗੱਲਬਾਤ ਇਸ ਤੇ ਕਰਾਂਗੇ। ਸਾਰੀਆਂ ਖਬਰਾਂ ਤੇ ਵਿਸਥਾਰ ਪੂਰਵਕ ਚਰਚਾ ਦੇ ਲਈ ਮੇਰੇ ਨਾਲ ਜੁੜੇ ਆ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਾਂਗਾ, ਫਿਰ ਪ੍ਰੋਗਰਾਮ ਦੀ ਸ਼ੁਰੂਆਤ। ਅਣਖੀ ਸਾਹਿਬ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਨਾਗਵਾਲ ਪਾ ਲਿਆ ਗਿਆ, ਕਹਿੰਦੇ ਕਿ ਹੁਣ ਪਹਿਲਾਂ ਵੀ ਟਸਲ ਜਿਹੜੀ ਆ ਬੜੀ ਚੱਲ ਰਹੀ ਸੀ ਰਾਜਪਾਲ ਦੇ ਨਾਲ ਭਗਵੰਤ ਮਾਨ ਹੋਰਾਂ ਦੀ, ਤੇ ਹੁਣ ਤਾਂ ਮੌਕਾ ਹੀ ਜਿਵੇਂ ਕਹਿ ਦਈਏ ਨਾ ਵੀ ਜਿਹੜੇ ਕ੍ਰਿਕਟ ਮੈਚ ਦੇ ਵਿੱਚ ਤੇ ਬੈਟਸਮੈਨ ਨੂੰ ਫ੍ਰੀ ਹਿੱਟ ਮਿਲ ਜਾਂਦੀ ਹੈ, ਉੱਪਰੋਂ ਫ੍ਰੀ ਹਿੱਟ ਤੇ ਉੱਪਰੋਂ ਫੁੱਲ ਟਾਸ ਤੇ ਫਿਰ ਬਾਉਂਡਰੀਓ ਲਾਈਨ ਤੋਂ ਬਾਹਰ ਹੀ ਜਾਂਦੀ ਹੈ ਗੇਂਦ। ਉਸੇ ਤਰੀਕੇ ਦੇ ਨਾਲ ਹੀ ਲੱਗ ਰਿਹਾ ਕਿ ਇੱਕ ਤਾਂ ਫ੍ਰੀ ਹਿੱਟ ਮਿਲ ਗਈ, ਇੱਕ ਮਿਲ ਗਈ ਫੁੱਲ ਟਾਸ। ਤਾਂ ਕਿਵੇਂ ਦੇਖਦੇ ਹੋ ਹੁਣ ਰਾਜਪਾਲ ਸਾਹਿਬ ਇਸ ਫੁੱਲ ਟਾਸ ਗੇਂਦ ਨੂੰ, ਜਿਹੜਾ ਉਹ ਬਾਉਂਡਰੀਓ ਪਾਰ ਪਹੁੰਚਾ ਪਾਉਣਗੇ, ਇਹ ਜਿਹੜਾ ਨਾਗਵਲ ਪਾਇਆ ਜਾਂ ਫਿਰ ਇਸ ਨਾਗਵਲ ਦੇ ਵਿੱਚੋਂ ਸਰਕਾਰ ਜਿਹੜੀ ਆ ਨਿਕਲ ਜਾਊਗੀ, ਇਹ ਅਸ਼ਲੀਲ ਵੀਡੀਓ ਮਾਮਲੇ ਦੇ ਵਿੱਚ ਕਿੱਥੇ ਤੱਕ ਇਹ ਗੱਲ ਪਹੁੰਚੀ ਹੈ ਤੇ ਕੀ ਕੁਝ ਹੁਣ ਇਹਦੇ ਵਿੱਚ ਬਣ ਰਿਹਾ? ਸੁਖਵਿੰਦਰ ਜੀ, ਵੇਖਿਆ ਜਾਵੇ ਤਾਂ ਬੀਤੇ ਦੌਰ ਤੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਤ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਚਕਾਰ ਜਿਸ ਤਰੀਕੇ ਦੀ ਟੱਕਰ ਜਿਹੜੀ ਚੱਲਦੀ ਰਹੀ ਆ, ਵਾਦ ਵਿਵਾਦ ਨਿਤ ਨਵੇਂ ਹੁੰਦੇ ਰਹੇ ਆ। ਕਦੇ ਗੁਰਦਰ ਸਾਹਿਬ ਉਹਨਾਂ ਕੋਲੋਂ ਜਵਾਬ ਮੰਗ ਲੈਂਦੇ ਆ, ਕਦੀ ਜਾਣਕਾਰੀ ਮੰਗ ਲੈਂਦੇ ਆ, ਕਦੇ ਕੋਈ ਫਾਈਲ ਜਿਹੜੀ ਭੇਜੀ ਹੁੰਦੀ ਉਸ ਨੂੰ ਵਾਪਸ ਕਰ ਦਿੰਦੇ ਆ। ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਦਾ ਵੀ ਰਵੱਈਆ ਬਨਵਾਰੀ ਲਾਲ ਪ੍ਰੋਹਤ ਹੋਣਾਂ ਪ੍ਰਤੀ ਕੋਈ ਵੀ ਸਕਾਰਾਤਮਕ ਨਹੀਂ ਰਿਹਾ, ਬਲਕਿ ਉਲਟਾ ਹਮੇਸ਼ਾ ਹਰ ਗੱਲ ਨੂੰ ਮੀਡੀਆ ਦੇ ਵਿੱਚ ਪਾ ਕੇ ਜਾਂ ਉਛਾਲ ਕੇ ਹੀ ਆਪਣੇ ਆਪ ਨੂੰ ਦਰਸਾਉਣ ਦਾ ਇਹ ਯਤਨ ਕਰਦੇ ਰਹੇ ਆ ਕਿ ਜਿਹੜੇ ਰਾਜਪਾਲ ਸਾਹਿਬ ਨੇ, ਸ਼ਾਇਦ ਪੰਜਾਬ ਸਰਕਾਰ ਜਿਹੜੀ ਲੋਕਾਂ ਦੀ ਚੁਣੀ ਹੋਈ ਸਰਕਾਰ ਆ, ਕੇਂਦਰ ਨਾਲ ਸੰਬੰਧਿਤ ਨਹੀਂ ਆ, ਤੇ ਕੇਂਦਰ ਦੇ ਇਸ਼ਾਰੇ ਤੇ ਬਨਵਾਰੀ ਲਾਲ ਪ੍ਰੋਹਤ ਉਹਨਾਂ ਨੂੰ ਕੰਮ ਨਹੀਂ ਕਰਨ ਦੇਣ ਚਾਹੁੰਦੇ। ਆਮ ਆਦਮੀ ਪਾਰਟੀ ਦਾ ਹਮੇਸ਼ਾ ਇਹੋ ਜਿਹਾ, ਅਸੀਂ ਕਹਿ ਸਕਦੇ ਕਿ ਬਰਤਾਤ ਸਿਰਜਣ ਦਾ ਮੌਕਾ ਜਿਹੜਾ ਉਹ ਰਿਹਾ ਆ, ਇਹੋ ਹੀ ਹਮੇਸ਼ਾ ਉਹਨਾਂ ਦੀ ਕੋਸ਼ਿਸ਼ ਰਹੀ ਹੈ। ਤਾਂ ਸਮੇਂ ਸਮੇਂ ਤੇ ਬਹੁਤ ਕੁਝ ਇਹੋ ਜਿਹਾ ਹੁੰਦਾ ਰਿਹਾ ਜਿਹੜਾ ਵਾਦ ਵਿਵਾਦਾਂ ਦਾ ਵਿਸ਼ਾ ਬਣਦਾ ਰਿਹਾ। ਤਾਂ ਹੁਣ ਇੱਕ ਤਾਜੀ ਇਹ ਘਟਨਾ ਜਿਹੜੀ ਵਾਪਰਦੀ ਆ ਕਿ ਜਦੋਂ ਇੱਕ ਦੋ ਅਸ਼ਲੀਲ ਵੀਡੀਓ ਜਿਹੜੀਆਂ ਰਾਜਪਾਲ ਸਾਹਿਬ ਕੋਲ ਪਹੁੰਚਦੀਆਂ ਨੇ, ਤੇ ਰਾਜਪਾਲ ਸਾਹਿਬ ਨੂੰ ਉਹਦੇ ਸੰਬੰਧੀ ਐਕਸ਼ਨ ਲੈਣ ਲਈ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ, ਮਾਫ ਕਰਦਾ, ਜਿਹੜੇ ਵਿਰੋਧੀ ਪਾਰਟੀ ਦੇ ਆਗੂ ਨੇ ਜਿਨ੍ਹਾਂ ਨੇ ਇਹ ਵੀਡੀਓ ਉੱਥੇ ਜਾ ਕੇ ਪੇਸ਼ ਕੀਤੀ, ਉਹ ਕਾਰਵਾਈ ਤੱਥਾਂ ਸਹਿਤ ਉੱਤੇ ਪੇਸ਼ ਕਰ ਦਿੰਦੇ ਨੇ ਬਨਵਾਰੀ ਲਾਲ ਪ੍ਰੋਹਤ ਉਹਨਾਂ ਨੂੰ। ਹੁਣ ਕਿਉਂਕਿ ਇਹ ਮੁੱਦਾ ਇੱਕ ਮੰਤਰੀ ਨਾਲ ਜੁੜਿਆ, 12 ਮਿੰਟ ਦੀ ਕਹਿੰਦੇ ਦੋ ਵੀਡੀਓ ਨੇ, ਇੱਕ 8 ਮਿੰਟ ਦੀ ਹੈ, ਇੱਕ 5 ਮਿੰਟ ਦੀ ਹੈ, ਕੋਈ 13 ਮਿੰਟ ਦੀਆਂ ਵੀਡੀਓਜ਼ ਨੇ, ਤਾਂ ਉਹ ਵੀਡੀਓ ਜਿਹੜੀਆਂ ਨੇ ਇਹ ਕਾਫੀ ਚਰਚਾ ਦਾ ਵਿਸ਼ਾ ਜਿਹੜੀਆਂ ਉਹ ਬਣੀਆਂ ਹੋਈਆਂ ਨੇ। ਤਾਂ ਕੁਦਰਤੀ ਤੌਰ ਤੇ ਜਦੋਂ ਹੁਣ ਇੱਕ ਵਿਰੋਧੀ ਪਾਰਟੀ ਦਾ ਚੁਣਿਆ ਹੋਇਆ ਨੁਮਾਇੰਦਾ ਇਸ ਚੀਜ਼ ਨੂੰ ਲੈ ਕੇ ਉੱਥੇ ਪਹੁੰਚਦਾ, ਤਾਂ ਕੁਦਰਤੀ ਤੌਰ ਤੇ ਫਿਰ ਜਿਹੜੇ ਰਾਜਪਾਲ ਸਾਹਿਬ ਨੇ ਉਹਨਾਂ ਵਾਸਤੇ ਸਮੱਸਿਆ ਜ਼ਰੂਰ ਬਣ ਜਾਂਦੀ ਹੈ ਕਿ ਇਹਦੇ ਉੱਤੇ ਉਹ ਕਾਰਵਾਈ ਜਿਹੜੀ ਕਰਨ। ਤਾਂ ਉਹਨਾਂ ਨੇ ਉਸ ਨੇਤਾ ਨੂੰ ਵੀ ਉਸ ਦਿਨ ਕਿਹਾ ਕਿ ਹਾਂ ਭਈ ਇਹਦੇ ਉੱਤੇ ਕਾਰਵਾਈ ਜਿਹੜੀ ਆ ਕੋਈ ਨਹੀਂ ਫਿਲਮ ਪਾ ਕੇ ਹੋਏਗੀ। ਤਾਂ ਹੁਣ ਪੰਜਾਬ ਸਰਕਾਰ ਨੂੰ ਝਟਕਾ ਇਹ ਕਿ ਧੋਬੀ ਭਟਕਾ ਦਿੰਦਿਆਂ ਹੋਇਆ ਰਾਜਪਾਲ ਸਾਹਿਬ ਨੇ ਇਸ ਮਾਮਲੇ ਦੀ ਜਿਹੜੀ ਜਾਂਚ ਆ ਇਸ ਵੀਡੀਓ ਦੀ, ਉਹ ਜਿਹੜੀ ਆ ਪੰਜਾਬ ਪੁਲਿਸ ਨੂੰ ਦੇ ਦਿੱਤੀ ਹੈ, ਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਉਹਨਾਂ ਨੂੰ ਬਕਾਇਦਾ ਤੌਰ ਤੇ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਇਹਦੇ ਸੰਬੰਧੀ ਪੂਰਨ ਤੌਰ ਤੇ ਜਿਹੜੀ ਤੱਥ ਸਹਿਤ ਜਿਹੜੀ ਆ ਉਹ ਪੂਰਨ ਤੌਰ ਤੇ ਇਹਦੀ ਪੜਚੋਲ ਕਰਕੇ ਜਿਹੜੀ ਰਿਪੋਰਟ ਆ ਉਹ ਪੇਸ਼ ਕੀਤੀ ਜਾਵੇ। ਰਾਜਪਾਲ ਸਾਹਿਬ ਨੇ ਇਹ ਜਾਂਚ ਜਿਹੜੀ ਪੰਜਾਬ ਪੁਲਿਸ ਨੂੰ ਸੌਂਪੀ। ਹੁਣ ਇਹਦੇ ਨਾਲ ਰਾਜਪਾਲ ਸਾਹਿਬ ਨੇ ਬੜੇ ਇੱਕ ਤੀਰ ਦੇ ਨਾਲ ਅਸੀਂ ਕਹਿੰਦੇ ਦੋ ਨਿਸ਼ਾਨੇ ਦੀ ਬੜੇ ਨਿਸ਼ਾਨੇ ਕੀਤੇ ਨੇ। ਹਾਲਾਂਕਿ ਰਾਜਪਾਲ ਸਾਹਿਬ ਕੋਲ ਇਹਨਾਂ ਵੀਡੀਓ ਦੀ ਪ੍ਰਮਾਣਿਕਤਾ ਨੂੰ ਸਿੱਧ ਕਰਨ ਵਾਸਤੇ ਹੋਰ ਵੀ ਕਈ ਉਪਾਅ ਸਨ, ਕਿਸੇ ਹੋਰ ਵੀ ਏਜੰਸੀ ਤੋਂ ਕਰਵਾ ਸਕਦੇ ਸਨ, ਪਰ ਉਹਨਾਂ ਨੇ ਅਜਿਹਾ ਕੋਈ ਵੀ ਕੰਮ ਜਿਹੜਾ ਉਹ ਜਾਣ ਕੇ ਸਮਝ ਲਓ ਜਾਂ ਜਾਣ ਬੁੱਝ ਕੇ ਨਹੀਂ ਕੀਤਾ ਤੇ ਜਾਂ ਜਾਣ ਕੇ ਕੀਤਾ। ਕਾਰਨ ਉਸ ਦਾ ਇਹ ਹੈ ਕਿਉਂਕਿ ਜੇਕਰ ਮੰਨ ਲਓ ਕਿ ਕਿਸੇ ਹੋਰ ਏਜੰਸੀਜ਼ ਨੂੰ ਪੰਜਾਬ ਦੇ ਰਾਜਪਾਲ ਇਹਨਾਂ ਵੀਡੀਓ ਦੀ ਪ੍ਰਮਾਣਿਕਤਾ ਸਿੱਧ ਕਰਨ ਵਾਸਤੇ ਭੇਜਦੇ, ਤਾਂ ਕੁਦਰਤੀ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਅਜਿਹੇ ਇਲਜ਼ਾਮ ਲਾ ਸਕਦੀ ਸੀ ਕਿ ਦੇਖੋ ਇੱਕ ਸਾਜਿਸ਼ ਦੇ ਤਹਿਤ ਹੋ ਰਿਹਾ, ਇਹ ਹੋ ਰਿਹਾ, ਉਹ ਹੋ ਰਿਹਾ, ਤੇ ਰਾਜਪਾਲ ਸਾਹਿਬ ਆਪਣੇ ਮਨ ਦੀ ਮਰਜ਼ੀ ਕਰ ਰਹੇ ਆ ਸਿਰਫ ਸਰਕਾਰ ਨੂੰ ਬਦਨਾਮ ਕਰਨ ਵਾਸਤੇ।
ਤਾਂ ਹੁਣ ਰਾਜਪਾਲ ਸਾਹਿਬ ਨੇ ਹੁਣ ਧੋਬੀ ਪਟਕਾ ਦਿੰਦੇ ਆ, ਇਹ ਜਾਂਚ ਹੀ ਪੰਜਾਬ ਪੁਲਿਸ ਨੂੰ ਦੇ ਦਿੱਤੀ ਆ ਕਿ ਹਾਂ ਵੀ ਤੁਸੀਂ ਇਸ ਦੀ ਪ੍ਰਮਾਣਿਕਤਾ ਸਿੱਧ ਕਰੋ। ਹੁਣ ਪੰਜਾਬ ਪੁਲਿਸ ਵਾਸਤੇ ਵੀ ਇਹ ਬੜੀ ਹੁਣ ਹੋਰ ਤਰੀਕੇ ਦੀ ਹੈ ਕਿ ਜੇਕਰ ਮੰਨ ਲਓ ਕਿ ਜਾਂਚ ਕਰਦੇ ਸਮੇਂ ਪੰਜਾਬ ਪੁਲਿਸ ਇਹ ਰਿਪੋਰਟ ਪੇਸ਼ ਕਰਦੀ ਹੈ ਕਿ ਇਸ ਦੀ ਪ੍ਰਮਾਣਿਕਤਾ ਜਿਹੜੀ ਸਹੀ ਨਹੀਂ ਹੈ, ਤਾਂ ਰਾਜਪਾਲ ਸਾਹਿਬ ਉਹਦੇ ਉੱਤੇ ਹੋਰ ਕਿਤੇ ਕਾਰਵਾਈ ਕਰ ਸਕਦੇ ਆ। ਤੇ ਜੇਕਰ ਪੰਜਾਬ ਪੁਲਿਸ ਕਹਿ ਦਿੰਦੀ ਹੈ ਕਿ ਹਾਂ ਭਾਈ ਇਹ ਬਿਲਕੁਲ ਜਿਹੜੇ ਤੱਥ ਨੇ ਇਸ ਵੀਡੀਓ ਦੇ ਵਿੱਚ ਜੋ ਕੁਝ ਵੀ ਹੈਗਾ ਬਿਲਕੁਲ ਸੱਚ ਨਹੀਂ, ਤਾਂ ਕੁਦਰਤੀ ਤੌਰ ਤੇ ਫਿਰ ਬਨਵਾਰੀ ਲਾਲ ਪ੍ਰੋਹਤ ਹੋਣੀ ਉਸ ਮੰਤਰੀ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਪੰਜਾਬ ਸਰਕਾਰ ਨੂੰ ਲਿਖਤੀ ਨਿਰਦੇਸ਼ ਜਾਂ ਨਿਰਦੇਸ਼ ਦੇ ਸਕਦੇ ਨੇ, ਕਿਉਂਕਿ ਇਹ ਜਾਂਚ ਜਿਹੜੀ ਆ ਉਹਨਾਂ ਦੀ ਹੀ ਪੁਲਿਸ ਨੇ ਜਿਹੜੀ ਕੀਤੀ ਹੋਵੇਗੀ ਜਾਂ ਕੀਤੀ ਹੈ। ਸੋ ਅਜਿਹੀ ਸਥਿਤੀ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਕ੍ਰਿਕਟ ਦੀ ਉਦਾਹਰਣ ਦਿੰਦੇ ਆ, ਵੱਖ ਵੱਖ ਪੋਜੀਸ਼ਨਾਂ ਨੂੰ ਤੁਸੀਂ ਬਿਆਨ ਕੀਤਾ ਜਾਂ ਇੱਕ ਵਰਤਾਂਤ ਜਿਹੜਾ ਨੈਰੇਟਿਵ ਸਿੱਝਿਆ, ਉਹਦੇ ਆਧਾਰ ਤੇ ਤਾਂ ਸੁਖਿੰਦਰ ਜੀ ਬਿਲਕੁਲ ਹੈ ਕਿ ਹੁਣ ਫ੍ਰੀ ਹਿੱਟ ਹੀ ਜਿਹੜੀ ਆ ਉਦੋਂ ਆਏਗੀ, ਕਿਉਂਕਿ ਸਥਿਤੀਆਂ ਉਹਨਾਂ ਨੇ ਇਸ ਤਰੀਕੇ ਦੀਆਂ ਜਿਹੜੀਆਂ ਬੁਣ ਦਿੱਤੀਆਂ ਨੇ ਕਿ ਇਸ ਤਰੀਕੇ ਦਾ ਇਹ ਕੁਝ ਜਿਹੜਾ ਹੋਵੇਗਾ। ਬਾਕੀ ਸੁਖਿੰਦਰ ਜੀ ਇੱਕ ਇਹ ਵੀ ਆਪਾਂ ਗੱਲ ਕਰਦੇ ਕਿ ਤੁਹਾਨੂੰ ਯਾਦ ਹੋਵੇਗਾ ਕਿ ਗੁਰਦਾਸਪੁਰ ਦੀ ਜਦੋਂ ਇੱਕ ਵਾਰੀ ਜਿਮਨੀ ਚੋਣ ਹੋਣੀ ਸੀ ਤਾਂ ਉਸ ਵਕਤ ਵੀ ਕਾਂਗਰਸ ਸਮੇਂ ਦੀ ਮੈਂ ਗੱਲ ਲੱਗਾ ਗੱਲ ਤਾਂ ਉਦੋਂ ਵੀ ਇੱਕ ਵੀਡੀਓ ਜਿਹੜੀ ਸੀ ਪੰਜਾਬ ਦੇ ਸਾਬਕਾ ਮੰਤਰੀ ਦੀ ਬੜੀ ਚਰਚਿਤ ਹੋਈ, ਤਾਂ ਉਸ ਵੀਡੀਓ ਦੇ ਚੱਲਣ ਦੇ ਨਾਲ ਵਾਇਰਲ ਹੋਣ ਦੇ ਨਾਲ ਕਾਂਗਰਸ ਮੰਤਰੀ ਨੇ ਕਰਾਈ ਹੈ, ਉਹ ਅਕਾਲੀ ਮੰਤ ਸਾਬਕਾ ਅਕਾਲੀ ਮੰਤਰੀ ਦੀ ਸੀ ਤੇ ਕਰਵਾਈ ਕਹਿੰਦੇ ਨੇ ਉਸ ਸਮੇਂ ਦੇ ਸਾਬਕਾ ਕਾਂਗਰਸੀ ਮੰਤਰੀ ਨੇ ਸੀ, ਤਾਂ ਉਹ ਵੀਡੀਓ ਬੜਾ ਵਾਇਰਲ ਹੋਇਆ ਪੰਜਾਬ ਚ ਵਾਇਰਲ ਹੋਇਆ, ਤਾਂ ਉਹਦਾ ਪ੍ਰਭਾਵ ਵੀ ਜਿਹੜਾ ਸੁਖਵਿੰਦਰ ਜੀ ਉਹ ਚੋਣਾਂ ਤੇ ਜਿਹੜਾ ਜ਼ਰੂਰ ਪਿਆ, ਇੱਕ ਕਿਸਮ ਨਾਲ ਉਸ ਅਕਾਲੀ ਮੰਤਰੀ ਦਾ ਜਿਹੜਾ ਸਿਆਸੀ ਕੈਰੀਅਰ ਆ ਉਹ ਹੀ ਖਤਮ ਜਿਹੜਾ ਹੋ ਗਿਆ ਉਸ ਵੀਡੀਓ ਨੇ। ਹੁਣ ਆਹ ਜਿਹੜਾ ਇੱਕ ਨਵਾਂ ਚੰਨ ਜਿਹੜਾ ਚੜਿਆ ਜਿਹਦੇ ਵਿੱਚ ਬਹੁਤ ਕੁਝ ਇਦਾਂ ਦਾ, ਹਾਲਾਂਕਿ ਅਜੇ ਪੰਜਾਬ ਦੇ ਲੋਕਾਂ ਨੇ ਜ਼ਿਆਦਾਤਰ ਲੋਕਾਂ ਨੇ ਉਹ ਵੀਡੀਓ ਵੇਖੀ ਨਹੀਂ ਆ, ਪਰ ਜਿਸ ਤਰੀਕੇ ਨਾਲ ਪਤਾ ਲੱਗ ਰਿਹਾ, ਜਿਸ ਤਰੀਕੇ ਦੀਆਂ ਕਨਸੋਵਾਂ ਆ ਰਹੀਆਂ, ਬਹੁਤ ਕੁਝ ਉਹਦੇ 'ਚ ਇਹੋ ਜਿਹਾ ਆ ਜਿਹੜਾ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਾਸਤੇ, ਪਾਰਟੀ ਵਾਸਤੇ ਤੇ ਈਵਨ ਉਸ ਮੰਤਰੀ ਵਾਸਤੇ ਬੜਾ ਨਮੋਸ਼ੀ ਦਾ ਜਿਹੜਾ ਉਹ ਕਾਰਨ ਜਿਹੜਾ ਉਹ ਬਣ ਸਕਦਾ। ਤੇ ਦੂਜੇ ਪਾਸੇ ਜੇਕਰ ਹੁਣ ਰਾਜਪਾਲ ਸਾਹਿਬ ਹੋਣਾ ਨੇ ਇਸ ਤਰੀਕੇ ਨਾਲ ਕਮਾਨ ਸੰਭਾਲ ਕੇ ਇਹ ਸਾਰੀ ਜਾਂਚ ਜਿਹੜੀ ਆ ਪੰਜਾਬ ਪੁਲਿਸ ਨੂੰ ਦਿੱਤੀ ਹੈ ਜਾਂ ਸਭ ਕੁਝ ਪੰਜਾਬ ਪੁਲਿਸ ਦੇ ਉੱਤੇ ਸੁੱਟ ਦਿੱਤਾ, ਤਾਂ ਉਹਨਾਂ ਨੇ ਇੱਕ ਤੀਰ ਦੇ ਨਾਲ ਸੁਖਵਿੰਦਰ ਜੀ ਕਈ ਨਿਸ਼ਾਨੇ ਸਾਧੇ ਆ। ਆਉਂਦੇ ਦਿਨ ਭਗਵੰਤ ਮਾਨ ਵਾਸਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਵਾਸਤੇ ਜ਼ਰੂਰ ਮੁਸ਼ਕਲਾਂ ਭਰੇ ਹੋ ਸਕਦੇ ਆ, ਕਿਉਂਕਿ ਜਿਸ ਤਰੀਕੇ ਦਾ ਫਿਰ ਦਬਾਅ ਉਹਨਾਂ ਤੇ ਪਾਇਆ ਜਾਵੇਗਾ ਤਾਂ ਕੁਦਰਤੀ ਤੌਰ ਤੇ ਉਹਨਾਂ ਨੂੰ ਕਾਰਵਾਈ ਕਰਨੀ ਪਏਗੀ। ਹਾਲਾਂਕਿ ਕੱਲ੍ਹ ਜਿਸ ਤਰੀਕੇ ਨਾਲ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲਾਂ ਕਹੀਆਂ ਨੇ, ਮੇਰੇ ਕੋਲ ਤਾਂ ਮਨਜਿੰਦਰ ਸਰਸੇ ਦੇ ਸੰਬੰਧ ਵਿੱਚ ਮੇਰੇ ਕੋਲ ਤਾਂ ਕੋਈ ਅਸਤੀਫਾ ਨਹੀਂ ਗਿਆ, ਸਰਸੇ ਨੂੰ ਅਸਤੀਫਾ ਚਲਾ ਗਿਆ ਹੋਊਗਾ, ਅਜੇ ਤੱਕ ਉਹਨਾਂ ਨੇ ਕੋਈ ਗੱਲ। ਲੀਡਰਾਂ ਦੇ ਨਾਲ ਵੀ ਕਹਿੰਦੇ ਭਗਵੰਤ ਮਾਨ ਹੋਣਾ ਦੀਆਂ ਮੀਟਿੰਗਾਂ ਹੋਈਆਂ ਤੇ ਮੰਤਰੀ ਵੀ ਕਹਿੰਦੇ ਆਪਣਾ ਵੀਡੀਓ ਵਾਲੇ ਕਹਿੰਦੇ ਕਿ ਕਣਸੋਹਾਂ ਨਹੀਂ, ਹਾਲਾਂਕਿ ਸੂਤਰਾਂ ਤੋਂ ਮਿਲਦੀ ਜਾਣਕਾਰੀ ਹੈ ਕਹਿੰਦੇ ਕਿ ਮੰਤਰੀ ਆਪਣਾ ਪੱਖ ਰੱਖ ਚੁੱਕੇ ਆ ਮੁੱਖ ਮੰਤਰੀ ਦੇ ਕੋਲ। ਜੀ ਪਤਾ ਸੁਖਵਿੰਦਰ ਜੀ ਇਹ ਵੀ ਲੱਗਾ ਆ ਕਿ ਕੱਲ ਸਾਰਾ ਦਿਨ ਜਿਹੜੀਆਂ ਮੰਤਰੀ ਜਿਹੜੇ ਸੀ ਤਿੰਨ ਚਾਰ, ਕਿਉਂਕਿ ਕੱਲ 7:30 ਵਜੇ ਦਫ਼ਤਰ ਜਿਹੜੇ ਪੰਜਾਬ ਦੇ ਖੁੱਲ ਗਏ ਸੀ 7:30 ਵਜੇ, ਤਾਂ ਪਤਾ ਲੱਗਾ ਕਿ ਸਵੇਰੇ ਜਦੋਂ ਦਫ਼ਤਰ ਖੁੱਲੇ ਨੇ ਤਾਂ ਜਿਹੜੇ ਕਨਸੋਆਂ ਨੇ, ਮਤਲਬ ਅਸੀਂ ਇਹਨਾਂ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਇਸ ਵੀਡੀਓ ਨੂੰ ਲੈ ਕੇ ਮੰਤਰੀਆਂ ਦੀ ਵੀ ਆਪਸੀ ਮੀਟਿੰਗ ਜਿਹੜੀ ਆ ਉਹ ਹੋਈ ਹੈ, ਜਿਨ੍ਹਾਂ ਦੇ ਵਿੱਚ ਤਿੰਨ ਚਾਰ ਜਿਹੜੇ ਮੁੱਖ ਮੰਤਰੀ, ਮਾਫ਼ ਕਰਦੇ, ਜਿਹੜੇ ਤਿੰਨ ਚਾਰ ਪ੍ਰਮੁੱਖ ਤੌਰ ਤੇ ਮੰਤਰੀ ਜਿਹੜੇ ਇਸ ਵੇਲੇ ਕੈਬਨਿਟ ਦੇ ਵਿੱਚ ਸ਼ਾਇਦ ਰਹਿੰਦੇ ਨੇ, ਉਹਨਾਂ ਦੀ ਮੀਟਿੰਗ ਜਿਹੜੀ ਆ ਆਪਸ ਦੇ ਵਿੱਚ ਕਹਿੰਦੇ ਹੋਈ ਆ। ਕਹਿਣ ਦਾ ਅਰਥ ਜੋ ਇਹ ਗੱਲ ਦੱਸਣ ਦਾ ਮਤਲਬ ਸਿਰਫ ਇਹ ਆ ਕਿ ਇਸ ਵੀਡੀਓ ਨੂੰ ਲੈ ਕੇ ਜਿਹੜੀ ਚਿੰਤਾਵਾਂ ਨੇ ਉਹ ਮੰਤਰੀ ਮੰਡਲ 'ਚ, ਕੈਬਨਿਟ 'ਚ ਤੇ ਈਵਨ ਕਿ ਮੁੱਖ ਮੰਤਰੀ ਸਾਹਿਬ ਤੱਕ ਵੀ ਪਾਈਆਂ ਜਾ ਰਹੀਆਂ ਨੇ। ਵੱਖਰੀ ਗੱਲ ਆ ਕਿ ਇਸ ਗੱਲ ਦਾ ਇਜ਼ਹਾਰ ਉਹ ਚਿਹਰੇ ਤੋਂ ਕਰਨ ਜਾਂ ਨਾ ਕਰਨ, ਪਰ ਚਿੰਤਾਵਾਂ ਦੀਆਂ ਰੇਖਾਵਾਂ ਜਿਹੜੀਆਂ ਨੇ ਉਹਨਾਂ ਦੇ ਚਿਹਰੇ 'ਤੇ ਜ਼ਰੂਰ ਪੜੀਆਂ ਜਾ ਸਕਦੀਆਂ ਨੇ, ਕਿਉਂਕਿ ਜਿਸ ਤਰੀਕੇ ਨਾਲ ਮੀਟਿੰਗਾਂ ਦਾ ਸਿਲਸਿਲਾ ਜਿਹੜਾ ਜਾਰੀ ਹੈਗਾ। ਹੁਣ ਜਿਹੜੀ ਗੇਂਦ ਆ ਸੁਖਵਿੰਦਰ ਜੀ ਉਹ ਹੁਣ ਰਾਜਪਾਲ ਸਾਹਿਬ ਦੇ ਕੋਲ ਆ, ਉਹਨਾਂ ਨੇ ਹੁਣ ਵੇਖਣਾ ਕਿ ਇਸ ਚੀਜ਼ ਨੂੰ ਉਹ ਕਿਸ ਤਰ੍ਹਾਂ ਲੈਂਦੇ ਆ। ਬਾਕੀ ਹਾਂ, ਜਿੰਨਾ ਚਿਰ ਤੱਕ ਪੰਜਾਬ ਪੁਲਿਸ ਉਹਨਾਂ ਨੂੰ ਰਿਪੋਰਟ ਇਸ ਜਾਂਚ ਦੀ ਨਹੀਂ ਸੌਂਪਦੀ, ਉਹਨਾਂ ਚਿਰ ਤੱਕ ਧੁੜਕੂ ਜਿਹੜਾ ਸੁਖਵਿੰਦਰ ਜੀ ਜ਼ਰੂਰ ਲੱਗਾ ਰਹੂਗਾ। ਤੇ ਦੂਜੇ ਪਾਸੇ ਪੰਜਾਬ ਪੁਲਿਸ ਵਾਸਤੇ ਵੀ ਬੜੀ ਇਹ ਸਥਿਤੀ ਜਿਹੜੀ ਆ ਸੁਖਵਿੰਦਰ ਜੀ ਬੜੀ ਔਖੀ ਹੈ, ਕਿਉਂਕਿ ਜਿਹੜਾ ਗ੍ਰਹਿ ਮੰਤਰਾਲਾ ਆ ਉਹ ਮੁੱਖ ਮੰਤਰੀ ਕੋਲ ਆ, ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਉਸ ਸਭ ਕਾਸੇ ਦੇ ਵਿੱਚ ਡੀਜੀਪੀ ਗੌਰਵ ਯਾਦਵ ਜਿਹੜੇ ਆਪ ਖੁਦ ਹੀ ਕਾਰਜਕਾਰੀ ਡੀਜੀਪੀ ਨੇ, ਕੰਮ ਚਲਾਓ ਕਹਿ ਸਕਦੇ ਕਿ ਡੀਜੀਪੀ ਆ, ਉਹ ਕਿਸ ਤਰੀਕੇ ਦੇ ਨਾਲ ਜਿਹੜੀ ਰਿਪੋਰਟ ਪੇਸ਼ ਕਰਨ ਕੇ ਹੱਕ 'ਚ ਕਰਦੇ ਆ, ਤਾਂ ਉਹ ਸਰਕਾਰ ਦੀ ਨਾਰਾਜ਼ਗੀ ਲੈ ਲੈਣਗੇ, ਤੇ ਜੇਕਰ ਕਿਸੇ ਵੀ ਤਰੀਕੇ ਨਾਲ ਉਹ ਸਰਕਾਰ ਦੇ ਫੇਵਰ 'ਚ ਕਰਦੇ ਆ ਤਾਂ ਸ਼ਾਇਦ ਫਿਰ ਉਹ ਰਾਜਪਾਲ ਸਾਹਿਬ ਉਹ ਜਾਂਚ ਕਿਸੇ ਹੋਰ ਤੋਂ ਦੇ ਦੇਣ, ਤਾਂ ਉਹ ਹੋਰ ਖਿੜਕੀ ਦੇ ਵਿੱਚ ਫਸਣ। ਸੋ ਰਾਜਪਾਲ ਸਾਹਿਬ ਨੇ ਇਹ ਜਿਹੜੀ ਸ਼ਤਰੰਜ ਦੀ ਚਾਲ ਜਿਹੜੀ ਚੱਲੀ ਆ ਬੜੀ ਗੰਭੀਰਤਾ ਨਾਲ ਉਹਨਾਂ ਨੇ ਚੱਲੀ, ਤੇ ਇਹ ਤਾਂ ਜਵਾਬ ਹੁਣ ਵੇਖਣਾ ਪਏਗਾ ਕਿ ਭਗਵੰਤ ਮਾਨ ਹੁਣੀ ਕਿਹੋ ਜਿਹਾ ਦਿੰਦੇ। ਬਿਲਕੁਲ, ਉਧਰ ਜਲੰਧਰ ਜਿਮਨੀ ਚੋਣ ਦੇ ਵਿੱਚ ਵੀ ਕਹਿੰਦੇ ਹੁਣ ਦਿਨ ਤਾਂ ਥੋੜੀ ਬਚੇ ਆ, ਪਰ ਉਹਦੇ ਬੈਠੇ ਵੀ ਉੱਥੇ ਵੀ ਚਰਚਾਵਾਂ ਜਿਹੜੀਆਂ ਸ਼ੁਰੂ ਹੋ ਗਈਆਂ ਨੇ। ਇਹ ਅਸ਼ਲੀਲ ਵੀਡੀਓ ਹੈ ਤੇ ਅਸ਼ਲੀਲ ਵੀਡੀਓ ਮਾਮਲੇ ਦੇ ਵਿੱਚ ਫਿਰ ਘਿਰਦੇ ਵੀ ਜਾ ਰਹੀ ਹੈ, ਉੱਥੇ ਆਮ ਆਦਮੀ ਪਾਰਟੀ ਨੁਕਸਾਨ ਕਹਿੰਦੇ ਝੱਲਣਾ ਪੈ ਸਕਦਾ।
ਸੁਖਵਿੰਦਰ ਜੀ, ਮੈਂ ਤਾਂ ਅੱਗੇ ਗੁਰਦਾਸਪੁਰ ਦੀ ਜਿਮਨੀ ਚੋਣ ਦੀ ਗੱਲ ਦੀ ਤੁਹਾਨੂੰ ਉਦਾਹਰਣ ਦਿੱਤੀ ਹੈ ਕਿ ਸਾਬਕਾ ਅਕਾਲੀ ਮੰਤਰੀ ਦੀ ਜਿਮਨੀ ਚੋਣ ਦੇ ਮੌਕੇ ਤੇ ਹੀ ਕਾਂਗਰਸ ਦੇ ਹੁਣ ਜਿਹੜੇ ਮੌਜੂਦਾ ਸਾਬਕਾ ਕਾਂਗਰਸੀ ਮੰਤਰੀ ਨੇ ਵੀਡੀਓ ਉਹਨਾਂ ਦੀ ਵਾਇਰਲ ਕਰਵਾਤੀ, ਉਹਦਾ ਪਰਚਾ ਦਰਜ ਹੋ ਗਿਆ ਤੇ ਉਸਦਾ ਨੁਕਸਾਨ ਜਿਹੜਾ ਸੀ ਉਹ ਉਮੀਦਵਾਰ ਤੋਂ ਚਲੋ ਹੋਇਆ ਕਿ ਨਹੀਂ ਹੋਇਆ, ਪਰ ਉਸਦਾ ਸਿਆਸੀ ਕੈਰੀਅਰ ਜਿਹੜਾ ਉਹ ਜ਼ਰੂਰ ਤਬਾਹ ਹੋ ਗਿਆ। ਹੁਣ ਇਹੋ ਜਿਹੀ ਜਿਹੜੀ ਵੀਡੀਓ ਹੈ ਜਲੰਧਰ 'ਚ ਵੀ ਚੱਲਣ ਲੱਗ ਪਈ, ਬਾਕੀ ਆਪਣੇ ਸਿੱਧੂ ਸਾਹਿਬ ਕਈ ਵਾਰੀ ਇਹੋ ਜਿਹੀ ਵੀਡੀਓ ਜਿਹੜੀਆਂ ਹੁੰਦੀਆਂ ਨੇ ਰੱਖੀਆਂ ਹੀ ਇਹੋ ਜਿਹੇ ਮੌਕਿਆਂ ਵਾਸਤੇ ਹੀ ਜਾਂਦੀਆਂ ਨੇ, ਜਦੋਂ ਖਾਸ ਤੌਰ 'ਤੇ ਇਲੈਕਸ਼ਨ ਦਾ ਮਾਹੌਲ ਹੋਵੇ ਤਾਂ ਉਸ ਵੇਲੇ ਵੀਡੀਓ ਜਿਹੜੀ ਵਾਇਰਲ ਜਿਹੜੀ ਉਹ ਕਰ ਦਿੱਤੀ ਜਾਂਦੀ ਹੈ। ਇਹ ਕੁਝ ਵੀਡੀਓ ਇਸ ਤਰ੍ਹਾਂ ਵੀ ਹੁੰਦੀ ਨਾ, ਤੁਹਾਨੂੰ ਯਾਦ ਹੋਣਾ ਕਿ ਬੀਤੇ ਸਮੇਂ ਦੇ ਵਿੱਚ ਵੀ ਜਿਹੜੇ ਸਾਬਕਾ ਅਕਾਲੀ ਮੰਤਰੀ ਨੇ ਉਹਨਾਂ ਨੇ ਪੰਜਾਬ ਦੇ ਇੱਕ ਸਾਬਕਾ ਮੁੱਖ ਮੰਤਰੀ ਵੱਲੋਂ ਵੀ ਇਹ ਗੱਲ ਕਹੀ ਸੀ ਕਿ ਬਿਲਕੁਲ ਵੀ ਉਹਨਾਂ ਦੀ ਵੀ ਇੱਕ ਵੀਡੀਓ ਜਿਹੜੀ ਹੈਗੀ ਹੈ, ਬਾਕੀ ਅਜੇ ਤੱਕ ਸ਼ਾਇਦ ਉਹਨਾਂ ਨੇ ਉਹ ਕੱਢੀ ਨਹੀਂ ਜਾਂ ਵਾਇਰਲ ਨਹੀਂ ਕੀਤੀ। ਸੋ ਇਹੋ ਜਿਹੇ ਵੀਡੀਓ ਨੇ ਖਾਸ ਤੌਰ 'ਤੇ ਇਹੋ ਜਿਹੇ ਮੌਕਿਆਂ 'ਤੇ ਹੀ ਚੱਲਦੇ ਨੇ। ਹੁਣ ਤੁਹਾਡੀ ਗੱਲ ਜਿਹੜੀ ਆ ਗਈ ਨੁਕਸਾਨ ਦੀ ਜਲੰਧਰ ਦੀ ਜਿਮਨੀ ਚੋਣ ਦੀ, ਜੇਕਰ ਜਲੰਧਰ ਦੀ ਜਿਮਨੀ ਚੋਣ ਦੀ ਸੁਖਵਿੰਦਰ ਜੀ ਗੱਲ ਕਰੀਏ ਤਾਂ ਉੱਥੇ ਇਹੋ ਜਿਹਾ ਜਿਹੜਾ ਇਸ ਅਸੀਂ ਕਹਿ ਸਕਦੇ ਕਿ ਇਹ ਜਿਹੜੀ ਵੀਡੀਓ ਹੈ ਇਸ ਨੂੰ ਲੈ ਕੇ ਇੰਨਾ ਪ੍ਰਭਾਵ ਅਜੇ ਵੇਖਣ ਨੂੰ ਮਿਲ ਨਹੀਂ ਰਿਹਾ, ਕਿਉਂਕਿ ਜ਼ਿਆਦਾਤਰ ਲੋਕਾਂ ਨੇ ਅਜੇ ਉਹ ਵੀਡੀਓ ਦੇ ਦਰਸ਼ਨ ਜਿਹੜੇ ਉਹ ਨਹੀਂ ਕੀਤੇ। ਹਾਂ, ਆਉਂਦੇ ਸਮੇਂ ਦੇ ਵਿੱਚ ਹੁਣ ਕਿਉਂਕਿ ਚੋਣਾਂ ਦੇ ਵਿੱਚ ਕੇਵਲ 10-5 ਜਾਂ 7 ਦਿਨ ਰਹਿ ਗਏ ਆ ਤਾਂ ਸਥਿਤੀਆਂ ਅਜੇ ਇੰਨੀ ਸੌਖੀ ਬਦਲ ਲੱਗਦੀਆਂ ਨਹੀਂ ਕਿ ਇੰਨੀ ਸਥਿਤੀ ਇਹ ਵੀਡੀਓ ਦੇ ਨਾਲ ਬਦਲ ਜਾਣਗੀਆਂ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਸੁਖਵਿੰਦਰ ਜੀ ਉੱਥੇ ਜਿਹੜੀ ਟੱਕਰ ਆ ਉਹ ਨੈਕ ਟੂ ਨੈਕ ਫਾਈਟ ਜਿਹੜੀ ਚੱਲਦੀ ਪਈ ਆ। ਕਿਤੇ ਵੀ ਤੁਸੀਂ ਨਾ ਤਾਂ ਕਾਂਗਰਸ ਪਾਰਟੀ ਨੂੰ ਘੱਟ ਕਹਿ ਸਕਦੇ ਜੀ ਤੇ ਨਾ ਆਮ ਆਦਮੀ ਪਾਰਟੀ ਨੂੰ ਘੱਟ ਕਹਿ ਸਕਦੇ ਜੀ, ਕਿਉਂਕਿ ਉੱਥੇ ਕਾਂਗਰਸ ਪਾਰਟੀ ਨੇ ਇੱਕ ਜੁੱਟਤਾ ਦਾ ਜਿਹੜਾ ਪ੍ਰਦਰਸ਼ਨ ਕੀਤਾ, ਬੇਸ਼ੱਕ ਧੜੇਬਾਜ਼ੀ ਅਲੱਗ ਅਲੱਗ ਹੈਗੀ ਆ, ਅਜੇ ਧੜੇਬਾਜ਼ੀ ਉਸੇ ਤਰੀਕੇ ਨਾਲ ਆ, ਪਰ ਫਿਰ ਵੀ ਨਵਜੋਤ ਸਿੱਧੂ ਆਪਣੇ ਹਮਾਇਤੀਆਂ ਨਾਲ ਵੱਖਰਾ ਮੀਟਿੰਗ ਬੀਬੀ ਕਰਮਜੀਤ ਦੇ ਕੌਰ ਦੇ ਹੱਕ ਦੇ ਵਿੱਚ ਕਰਦੇ ਆ, ਦੂਜੇ ਪਾਸੇ ਰਾਜਾ ਵੜਿੰਗ ਜਾਂ ਪ੍ਰਤਾਪ ਸਿੰਘ ਬਾਜਵਾ ਪਾਰਟੀ ਦੇ ਸੰਬੰਧੀ ਆਪਣਾ ਪ੍ਰੋਗਰਾਮ ਕਰੀ ਜਾਂਦੇ ਆ, ਸਰਦਾਰ ਜਿਹੜੇ ਚਰਨਜੀਤ ਸਿੰਘ ਚੰਨੀ ਆ ਉਹ ਵੀ ਰਕਸ਼ਾ ਉੱਥੇ ਵਾਹ ਲੈਂਦੇ ਆ। ਸੋ ਕਹਿਣ ਦਾ ਅਰਥ ਹੈ ਕਿ ਕਾਂਗਰਸ ਉੱਥੇ ਇੱਕ ਜੁੱਟਤਾ ਦਾ ਪ੍ਰਦਰਸ਼ਨ ਜਿਹੜਾ ਜ਼ਰੂਰ ਕਰਦੀ ਪਈ ਆ, ਤਾਂ ਇਸ ਇੱਕ ਜੁੱਟਤਾ ਦੇ ਕਾਰਨ ਆਮ ਆਦਮੀ ਪਾਰਟੀ ਵਾਸਤੇ ਜਿਹੜੀਆਂ ਇਸ ਪੱਧਰ 'ਤੇ ਗੱਲ ਕਰੀਏ ਤਾਂ ਮੁਸ਼ਕਲਾਂ ਜਿਹੜੀਆਂ ਜ਼ਰੂਰ ਖੜੀਆਂ ਨੇ। ਜਿਹੜੀ ਅੱਜ ਤੋਂ ਕੁਝ ਸਮਾਂ ਪਹਿਲਾਂ ਅਸੀਂ ਇਸ ਦਿਨ ਵਿਸ਼ੂ ਦੀ ਗੱਲ ਕਰ ਰਹੇ ਕਿ 60-40 ਦੀ ਰੇਸ਼ੋ ਆਪਾਂ ਗੱਲ ਕੀਤੀ ਸੀ ਕਿ 60 ਜਿਹੜੀ ਆ ਉਹ ਆਮ ਆਦਮੀ ਪਾਰਟੀ ਆ ਤੇ 40 ਜਿਹੜੀ ਆ ਉਹ ਕਾਂਗਰਸ ਚੱਲਦੀ ਪਈ ਆ, ਪਰ ਜਿਹੜੀਆਂ ਹੋਰ ਸਥਿਤੀਆਂ ਜਿਹੜੀਆਂ ਬਦਲ ਰਹੀਆਂ ਨੇ ਸਿੱਧੂ ਸਾਹਿਬ ਉਹ ਨੈਕ ਟੂ ਨੈਕ ਫਾਈਟ ਦੇ ਵੱਲ ਇਸ਼ਾਰਾ ਜਿਹੜੀਆਂ ਕਰ ਰਹੀਆਂ ਨੇ। ਹਾਰ ਜਿੱਤ ਦਾ ਫੈਸਲਾ ਜਿਹੜਾ ਆ ਉਹ ਬੜਾ ਮਾਮੂਲੀ ਵੋਟਾਂ ਦੇ ਨਾਲ ਹੋਵੇਗਾ, ਜੇਕਰ ਇਹੋ ਜਿਹੀ ਗੱਲ ਕਰੀਏ ਕਿ ਹਜ਼ਾਰਾਂ ਜਾਂ ਲੱਖਾਂ ਦੀ ਵੋਟਾਂ ਦਾ ਇਹੋ ਜਿਹੀ ਗੱਲ ਜਿਹੜੀ ਆਉਂਦੀ ਨਹੀਂ ਨਜ਼ਰ ਆਉਂਦੀ ਪਈ, ਕਿਉਂਕਿ ਜਿਸ ਤਰੀਕੇ ਨਾਲ ਉੱਥੇ ਕਮਾਨ ਸੰਭਾਲੀ ਜਾ ਰਹੀ ਆ ਤਾਂ ਉਹ ਜਿਹੇ ਤਰੀਕੇ ਨਾਲ ਟੱਕਰ ਜ਼ਰੂਰ ਆ। ਬਾਕੀ ਇਹੋ ਜਿਹੇ ਵੀਡੀਓ ਸੁਖਵਿੰਦਰ ਜੀ ਜ਼ਿਆਦਾ ਪ੍ਰਭਾਵ ਪਾਉਂਦੇ ਨਹੀਂ ਹੁੰਦੇ, ਕਿਉਂਕਿ ਕੁਝ ਸਮੇਂ ਚਰਚਾਵਾਂ ਜ਼ਰੂਰ ਚੱਲਦੀਆਂ ਹੁੰਦੀਆਂ ਨੇ, ਲੋਕੀ ਸਵਾਦ ਲੈਣ ਵਾਲੇ ਜ਼ਰੂਰ ਸਵਾਦ ਲੈਂਦੇ ਆ, ਪਰ ਜੇਕਰ ਇਹਦੇ ਉੱਤੇ ਇਹ ਕਿਸੇ ਵੋਟ ਦਾ ਪਾਉਣ ਦਾ ਫੈਸਲਾ ਜਾਂ ਨਾ ਪਾਉਣ ਦਾ ਫੈਸਲਾ ਮੇਰੀ ਸਮਝ ਅਨੁਸਾਰ ਸੁਖਵਿੰਦਰ ਜੀ ਲੋਕ ਨਹੀਂ ਕਰਦੇ ਹੁੰਦੇ, ਲੋਕਾਂ ਨੇ ਆਪਣੇ ਮੁੱਦੇ ਜਾਂ ਉਹ ਗੱਲਾਂ ਕਰਦੀਆਂ ਨੇ ਕਿ ਜਿਹੜੀਆਂ ਉੱਥੇ ਚੱਲਦੀਆਂ ਨੇ। ਬਾਕੀ ਹਾਂ, ਇਹ ਚੀਜ਼ ਨੂੰ ਲੈ ਕੇ ਕਾਂਗਰਸ ਪਾਰਟੀ ਕਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਆਪਣੇ ਪ੍ਰਭਾਵ ਨੂੰ ਪੈਦਾ ਕਰਦੀ ਆ ਉਹ ਇੱਕ ਵੱਖਰੀ ਗੱਲ ਆ, ਬਾਕੀ ਜੇਕਰ ਇਸ ਵੀਡੀਓ ਤੇ ਗੱਲ ਕਰੀਏ ਤਾਂ ਉਹ ਗੱਲ ਨਜ਼ਰ ਆਉਂਦੀ ਨਹੀਂ। ਚਲੋ ਅਗਲੀ ਖਬਰ ਅਣਖੀ ਸਾਹਿਬ ਆਪਾਂ ਲੈ ਲੈਂਦੇ ਹਾਂ। ਅਗਲੀ ਖਬਰ ਇਹ ਹੈ ਕਿ ਦੋ ਮੰਤਰੀਆਂ ਦੇ ਇੱਕ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਇੱਕ ਉਹਨਾਂ ਦੀ ਤੇ ਪੰਜਾਬ ਦੇ ਦੋ ਮੰਤਰੀਆਂ ਦੀ ਕਹਿੰਦੇ ਸ਼ਿਕਾਇਤ ਹੋਈ ਹੈ ਇਲੈਕਸ਼ਨ ਕਮਿਸ਼ਨ ਨੂੰ, ਤੇ ਕੀ ਸ਼ਿਕਾਇਤ ਹੋਈ ਹੈ ਤੇ ਕੋਈ ਕਾਰਵਾਈ ਵੀ ਹੋ ਸਕਦੀ ਹੈ ਜਾਂ ਕਿਵੇਂ? ਸੁਖਵਿੰਦਰ ਜੀ, ਅੱਜ ਤੱਕ ਚੋਣ ਕਮਿਸ਼ਨ ਨੂੰ ਜੇਕਰ ਵੇਖਿਆ ਜਾਵੇ ਸ਼ਿਕਾਇਤਾਂ ਤਾਂ ਬੜੀਆਂ ਹੁੰਦੀਆਂ ਨੇ ਜਦੋਂ ਜਿਮਨੀ ਚੋਣਾਂ, ਮਾਫ ਕਰਨਾ, ਜਦੋਂ ਦੂਜੀਆਂ ਚੋਣਾਂ ਹੁੰਦੀਆਂ ਨੇ ਖਾਸ ਤੌਰ ਤੇ ਲੋਕ ਸਭਾ ਦੀਆਂ, ਤਾਂ ਜਿੱਦਾਂ ਕਿ ਉੱਥੇ ਐਕਸ਼ਨ ਹੋਣਾ ਹੁੰਦਾ ਉਹ ਪਤਾ ਹੀ ਹੈ ਕਿ ਚੋਣ ਕਮਿਸ਼ਨ ਇੱਕ ਚਿੱਠੀ ਜੀ ਜਾਰੀ ਕਰ ਦਿੰਦਾ ਕਿ ਹਾਂ ਵੀ ਤੁਸੀਂ ਤੁਹਾਡੇ ਉੱਤੇ ਇਹ ਕੰਮ ਕੀਤਾ ਜਾਂਦਾ। ਅੱਜ ਤੱਕ ਚੋਣ ਕਮਿਸ਼ਨ ਨੇ ਕਦੇ ਉਹ ਸ਼ਕਤੀ ਵਿਖਾਈ ਨਹੀਂ ਜਿਹੜੀ ਉਹਦੇ ਕੋਲ ਸ਼ਕਤੀ ਹੁੰਦੀ ਆ, ਜਿਹੋ ਜਿਹੀ ਕਦੇ ਟੀ ਐਨ ਸੈਸ਼ਨ ਨੇ 1992-93 ਵਿੱਚ ਵਿਖਾਈ ਸੀ। ਇੱਕ ਵਾਰੀ ਉਹਨੇ ਰਾਜਨੀਤਿਕ ਲੋਕਾਂ ਨੂੰ ਸਿੱਧਿਆ ਕਰਤਾ ਸੀ ਸੁਖਵਿੰਦਰ ਜੀ, ਜੇਕਰ ਟੀ ਐਨ ਸੈਸ਼ਨ ਦੇ ਕਾਰਜਕਾਲ ਨੂੰ ਯਾਦ ਕਰੀਏ। ਵਾਕਈ ਉਸ ਵੇਲੇ ਲੱਗਦਾ ਸੀ ਕਿ ਚੋਣ ਕਮਿਸ਼ਨ ਕੋਈ ਹੋਵੇ ਤਾਂ ਇੱਦਾਂ ਦਾ ਹੋਵੇ ਜਿੱਥੇ ਜਿਹੜਾ ਪ੍ਰਧਾਨ ਮੰਤਰੀ ਸੀ ਉਹ ਵੀ ਉਹਦੇ ਕੋਲ ਡਰ ਕੇ ਜਿਹੜੀ ਗੱਲਬਾਤ ਜਿਹੜੀ ਕਰਦੇ ਸਨ। ਜੇ ਚੋਣਾਂ ਦੇ ਵਿੱਚ ਸੁਧਾਰ ਆ ਜਾਂ ਇਹ ਜਿਹੜੀਆਂ ਸ਼ਿਕਾਇਤਾਂ ਦੀ ਗੱਲ ਹੈ ਇਹ ਉਸ ਸਮੇਂ ਤੋਂ ਸ਼ੁਰੂ ਹੋਈ ਹੈ, ਪਰ ਹੁਣ ਨਾ ਤਾਂ ਟੀ ਐਨ ਸੈਸ਼ਨ ਦਾ ਸਮਾਂ ਤੇ ਨਾ ਹੀ ਹੁਣ ਕੋਈ ਉਹੋ ਜਿਹੇ ਪ੍ਰਧਾਨ ਮੰਤਰੀ ਨੇ ਇਸ ਵੇਲੇ ਮੌਜੂਦਾ ਜਿਹੜੀ ਕੇਂਦਰ ਦੀ ਸਰਕਾਰ ਆ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ ਹਾਵੀ ਇਹਨਾਂ ਸੰਸਥਾਵਾਂ ਤੇ ਹੋ ਚੁੱਕੀ ਹੈ। ਖੈਰ, ਇਹ ਇੱਕ ਜਨਰਲ ਗੱਲ ਜਿਹੜੀ ਕਰਨੀ ਬਣਦੀ ਸੀ। ਹੁਣ ਆਮ ਆਦਮੀ ਪਾਰਟੀ ਦੇ ਸੰਬੰਧੀ ਜਿਹੜੀਆਂ ਦੋ ਸ਼ਿਕਾਇਤਾਂ ਜਿਹੜੀਆਂ ਗਈਆਂ ਨੇ, ਇੱਕ ਅਰਵਿੰਦ ਕੇਜਰੀਵਾਲ ਦੇ ਖਿਲਾਫ ਤੇ ਦੂਜਾ ਜਿਹੜੀ ਆ ਹਰਭਜਨ ਸਿੰਘ ETO ਜਿਹੜੇ ਨੇ ਬਿਜਲੀ ਮੰਤਰੀ, ਉਹਨਾਂ ਦੇ ਖਿਲਾਫ ਸ਼ਿਕਾਇਤਾਂ ਜਿਹੜੀਆਂ ਚੋਣ ਕਮਿਸ਼ਨ ਨੂੰ ਕੀਤੀਆਂ ਗਈਆਂ ਨੇ। ਇੱਕ ਤਾਂ ਕਾਂਗਰਸ ਨੇ ਕੀਤੀ ਹੈ ਕਿ ਜਿਹਦੇ ਵਿੱਚ ਜਲੰਧਰ 'ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਅਰਵਿੰਦ ਕੇਜਰੀਵਾਲ ਉਹਨਾਂ ਨੇ ਇਹ ਗੱਲ ਕਹੀ ਕਿ ਹਾਂ ਭਈ ਵੋਟਾਂ ਤੁਸੀਂ ਸਾਨੂੰ ਪਾਉਣੇ ਨੇ, ਜੇ ਤੁਸੀਂ ਨਾ ਪਾਈਆਂ ਤੇ ਤੁਹਾਨੂੰ ਇਸ ਦਾ ਨੁਕਸਾਨ ਜਿਹੜਾ ਝੱਲਣਾ ਪੈ ਸਕਦਾ। ਦੂਸਰੇ ਬੰਨੇ ਹਰਭਜਨ ਸਿੰਘ ETO ਨੇ ਕੁਝ ਪੋਸਟ
ਤਾਂ ਉਹ ਜੋ ਛਾਪੇ ਤੇ ਉਹਦੇ ਵਿੱਚ ਛਾਪੇ ਤਾਂ ਉਹਨਾਂ ਨੇ ਆਪਣੇ ਆਪ ਥੱਲੇ ਨਾਮ ਹੀ ਲਿਖ ਦਿੱਤਾ। ਤਾਂ ਹੁਣ ਸ਼ਿਕਾਇਤ ਕਰਨ ਵਾਲਿਆਂ ਨੇ ਉਹ ਜਿਹੜਾ ਖਰਚਾ ਪੋਸਟਰ ਛਾਪਣ ਦਾ ਜਿਹੜਾ ਖਰਚਾ ਆ ਉਹ ਸਾਰਾ ਆਪ ਦੇ ਉਮੀਦਵਾਰ ਦੇ ਖਾਤੇ ਵਿੱਚ ਪਾ ਕੇ ਕਿ ਇਹਨਾਂ ਨੇ ਉਸ ਨਿਰਧਾਰਤ ਖਰਚੇ ਤੋਂ ਵੱਧ ਖਰਚ ਕੀਤਾ, ਉਹਦੀ ਸ਼ਿਕਾਇਤ ਜਿਹੜੀ ਆ ਉਹ ਚੋਣ ਕਮਿਸ਼ਨ ਨੂੰ ਕਰਦੀ ਹੈ। ਤੇ ਚੋਣ ਕਮਿਸ਼ਨ ਕੋਲ ਇਹ ਦੋਵੇਂ ਸ਼ਿਕਾਇਤਾਂ ਜਿਹੜੀਆਂ ਸਿੱਧੂ ਸਾਹਿਬ ਪਈਆਂ ਨੇ, ਅਜੇ ਚੋਣ ਕਮਿਸ਼ਨ ਵੱਲੋਂ ਕੋਈ ਕਾਰਵਾਈ ਜਿਹੜੀ ਆ ਇਹਦੇ ਇਸ ਸੰਬੰਧੀ ਜਿਹੜੀ ਆ ਉਹ ਅਜ ਤੱਕ ਨਹੀਂ ਕੀਤੀ ਗਈ। ਤਾਂ ਹੋ ਸਕਦਾ ਇੱਕ ਅੱਧੇ ਦਿਨ ਚ ਜਿਹੜੀ ਵਾਰਨਿੰਗ ਜਿਹੜਾ ਹੁੰਦਾ ਵਾਰਨਿੰਗ ਰੂਪੀ ਚਿੱਠੀ ਜਿਹੜੀ ਆ ਉਹ ਜਾਰੀ ਕੀਤੀ ਜਾ ਸਕਦੀ। ਇਸ ਤੋਂ ਬਾਅਦ ਚੋਣ ਕਮਿਸ਼ਨ ਹੋਰ ਕਿਸੇ ਦੀ ਉਮੀਦਵਾਰੀ ਕੈਂਸਲ ਜਾਂ ਕਰਦੀ ਨਾ ਕਰਨ ਵਾਲੀ ਕੋਈ ਇਹੋ ਜਿਹੀ ਗੱਲ ਕਰ ਨਹੀਂ ਸਕਦਾ, ਸਿਵਾਏ ਸਰਕਾਰੀ ਜਿਹੜਾ ਮੁਲਾਜ਼ਮ ਆ ਉਸਦੀ ਤਾਂ ਟ੍ਰਾਂਸਫਰ ਕੀਤੀ ਜਾ ਸਕਦੀ ਹੈ। ਜਿਸ ਤਰ੍ਹਾਂ ਕਵੀ ਵਿਜੇ ਪ੍ਰਤਾਪ ਸਿੰਘ ਹੋਣਾ ਨੂੰ ਇੱਕ ਵਾਰੀ ਬਦਲ ਦਿੱਤਾ ਗਿਆ ਸੀ, ਉਹੋ ਜਿਹੀਆਂ ਸਥਿਤੀਆਂ ਸਰਕਾਰੀ ਕਰਮਚਾਰੀਆਂ ਤੱਕ ਹੁੰਦੀਆਂ ਨੇ। ਬਾਕੀ ਇਹੋ ਜਿਹੇ ਜਿਹੜੇ ਪੋਲੀਟੀਕਲ ਲੀਡਰ ਨੇ ਇਹਨਾਂ ਨੂੰ ਇੱਕ ਵਾਰਨਿੰਗ ਚਿੱਠੀ ਜਿਹੜੀ ਆ ਉਹ ਦਿੱਤੀ ਜਾਂਦੀ ਆ। ਉਹ ਵਾਰਨਿੰਗ ਹੋ ਸਕਦਾ ਕਿ ਅੱਜ ਆ ਜਾਏ ਜਾਂ ਕੱਲ੍ਹ ਆ ਜਾਏ, ਬਾਕੀ ਇਹੋ ਜਿਹੇ ਚੋਣ ਕਮਿਸ਼ਨ ਦੀ ਇਹੋ ਜਿਹੀਆਂ ਸ਼ਿਕਾਇਤਾਂ ਦਾ ਕੋਈ ਜ਼ਿਆਦਾ ਅਰਥ ਰਹਿ ਨਹੀਂ ਜਾਂਦਾ ਜੀ। ਬਿਲਕੁਲ, ਅਗਲੀ ਖਬਰ ਬੜੀ ਅਹਿਮ ਹੈਗੀ ਆ। ਕਿਹਾ ਜਾ ਰਿਹਾ ਕਿ ਅਧਿਕਾਰੀ ਜਿਹੜੇ ਆ ਉਹ ਸਰਕਾਰ ਦੀ ਮੰਨ ਨਹੀਂ ਰਹੇ। ਮੁੱਖ ਮੰਤਰੀ ਨੇ ਐਲਾਨ ਕੀਤਾ ਸੀਗਾ ਕਿ ਕਿਸਾਨਾਂ ਦੇ ਖਾਤੇ ਦੇ ਵਿੱਚ ਪੈਸੇ ਪੈ ਜਾਣਗੇ, ਇਹ ਜਿਹੜੀ ਫਸਲ ਖਰਾਬ ਹੋਈ ਹੈ, ਤੇ ਕਹਿੰਦੇ ਹਲੇ ਤੱਕ ਪੈਸੇ ਉਹ ਪੈ ਨਹੀਂ ਰਹੇ। ਜੇ ਹੁਕਮ ਕੀਤਾ ਤਾਂ ਫਿਰ ਪੈਣੇ ਚਾਹੀਦੇ ਸੀ, ਅਧਿਕਾਰੀ ਪਾ ਕਿਉਂ ਨਹੀਂ ਰਹੇ? ਜਾਂ ਫਿਰ ਇਹ ਆ ਕਿ ਇਕੱਲੇ ਹੁਕਮ ਹੀ ਕੀਤੇ ਆ, ਜਾਂ ਇਕੱਲੇ ਹੁਕਮ ਹੀ ਦਿੱਤੇ ਆ, ਪੈਸੇ ਅਧਿਕਾਰੀਆਂ ਨੂੰ ਕਿ ਨਹੀਂ ਦਿੱਤੇ, ਤੇ ਫਿਰ ਅੱਗੇ ਵੀ ਜਿਹੜੇ ਸਿਰਫ ਹੁਕਮ ਹੀ ਪਾਈ ਜਾਂਦੇ, ਅਧਿਕਾਰੀ ਪੈਸੇ ਨਹੀਂ ਪਾ ਰਹੇ। ਕਿਵੇਂ ਦੇਖਦੇ ਹੋ? ਸਰਕਾਰ ਤਾਂ ਵੱਡੇ ਵੱਡੇ ਦਮਗਜੇ ਮਾਰ ਰਹੀ ਹੈ ਕਿ ਅਸੀਂ ਤਾਂ ਪੈਸੇ ਪਾ ਦਿੱਤੇ, ਕਹਿੰਦੇ ਕਿਸਾਨਾਂ ਦੇ ਖਾਤੇ ਹਲੇ ਵੀ ਖਾਲੀ ਹੈ। ਸੁਖਵਿੰਦਰ ਜੀ, ਬੇਮੌਸਮੀ ਬਾਰਿਸ਼ ਕਰਕੇ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਅੰਦਰ 14.57 ਲੱਖ ਹੈਕਟੇਅਰ ਜਿਹੜੀ ਫਸਲ ਆ ਉਹ ਨੁਕਸਾਨੀ ਗਈ। ਤਾਂ ਮੁੱਖ ਮੰਤਰੀ ਸਾਹਿਬ ਨੇ ਇਹ ਐਲਾਨ ਕੀਤਾ ਸੀ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਮੁਆਵਜ਼ਾ ਮਿਲੇਗਾ। ਤਾਂ ਮੁਆਵਜ਼ਾ ਉਹਨਾਂ ਨੇ ਦਿੱਤਾ ਵੀ ਜਿਸ ਤਰੀਕੇ ਨਾਲ ਉਹਨਾਂ ਨੇ ਫੋਟੋਆਂ ਖਿਚਾਈਆਂ, ਪਰ ਇਹ ਮੁਆਵਜ਼ਾ ਸਾਰੇ ਪੰਜਾਬ ਦੇ ਵਿੱਚ ਸੁਖਵਿੰਦਰ ਜੀ ਨਹੀਂ ਦਿੱਤਾ ਗਿਆ। ਜਿਹੜੀਆਂ ਅਖਬਾਰੀ ਖਬਰਾਂ ਨੇ, ਆਪਾਂ ਉਹਨਾਂ ਖਬਰਾਂ ਦੀ ਤਾਂ ਗੱਲ ਚਲੋ ਆਪਾਂ ਨਹੀਂ ਕਰਦੇ। ਮੈਂ ਇੱਕ ਇਹ ਕੱਲ੍ਹ ਦੀ ਗੱਲ ਨਿੱਕੀ ਨਿੱਜੀ ਅਨੁਭਵ ਜਿਹੜਾ ਤੁਹਾਨੂੰ ਮੈਂ ਦੱਸਣ ਲੱਗਾ ਇਸੇ ਸੰਬੰਧ ਦੇ ਵਿੱਚ। ਇੱਕ ਤਹਿਸੀਲਦਾਰ ਦੇ ਇਹ ਸ਼ਬਦ ਸਨ, ਨਾਇਬ ਤਹਿਸੀਲਦਾਰ ਦੇ ਇਹ ਸ਼ਬਦ ਸੀ ਕਿ ਜਦੋਂ ਆ ਬੀਤੇ ਦਿਨ ਗਰਦਾਵਰੀਆਂ ਕੀਤੀਆਂ ਗਈਆਂ, ਗਰਦੌਰੀ ਕੀਤੀ ਗਈ ਜ਼ਮੀਨਾਂ ਦੀ, ਤਾਂ ਇੰਟਰਸਟਿੰਗ ਪਾਖੀ ਕਿ ਜਦੋਂ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ 25% ਹੀ ਆਂਕਿਆ ਗਿਆ। ਇਹ ਹਦਾਇਤਾਂ DC ਦਫ਼ਤਰਾਂ ਵੱਲੋਂ ਪਟਵਾਰੀਆਂ ਨੂੰ ਨੈਬ ਤਹਿਸੀਲਦਾਰਾਂ ਰਾਹੀਂ ਜਾਂ ਗਰਦੌਰਾਂ ਤੱਕ ਪਹੁੰਚਾ ਦਿੱਤੀਆਂ ਗਈਆਂ ਸਨ ਕਿ ਤੁਸੀਂ ਕਿਸਾਨਾਂ ਦੀ ਜਦੋਂ ਗਰਦੌਰੀ ਕਰਨੀ ਹੈ ਤਾਂ ਉਹਨਾਂ ਦੀ ਫਸਲ ਦਾ ਜਿਹੜਾ ਨੁਕਸਾਨਿਆ ਪੱਖਾ ਕੇਵਲ 25% ਹੀ ਦੱਸਣਾ। ਤੇ ਨਾਲ ਹੀ ਨਾਲ ਸੁਖਵਿੰਦਰ ਜੀ ਇਹ ਗੱਲ ਪਤਾ ਲੱਗਾ ਕਿ DC ਦਫ਼ਤਰਾਂ ਵੱਲੋਂ ਬਕਾਇਦਾ ਤੌਰ ਤੇ ਗੁਰਦੌਰਾਂ ਨੂੰ ਨਾਲ ਇੱਕ ਐਗਰੀਕਲਚਰ ਅਫਸਰ ਵੀ ਨਿਯੁਕਤ ਕਰ ਦਿੱਤਾ ਗਿਆ ਕਿ ਜਿਸ ਐਗਰੀਕਲਚਰ ਅਫਸਰ ਦੀ ਰਿਪੋਰਟ ਦੇ ਆਧਾਰ ਤੇ ਪਟਵਾਰੀ ਨੇ ਰਿਪੋਰਟ ਕਰਨੀ ਸੀ ਕਿ ਹਾਂ ਵੀ ਇਹਦੀ ਜਿਹੜੀ ਫਸਲ ਹੈ 25% ਜਿਹੜੀ ਆ ਕੇਵਲ ਖਰਾਬ ਹੋਈ। ਤੇ ਜੇਕਰ 25% ਗੁਰਦੌਰੀ ਦੇ ਵਿੱਚ ਪਟਵਾਰੀ ਰਿਪੋਰਟ ਕਰਦਾ ਤਾਂ ਫਿਰ ਸਰਕਾਰ ਮੁਆਵਜ਼ਾ ਜਿਹੜਾ ਨਹੀਂ ਦਿੰਦੀ। ਇਹ ਪਰਦੇ ਦੇ ਪਿੱਛੇ ਦੀ ਕਹਾਣੀ ਹੈ। ਤਾਂ ਜਿਸ ਕਾਰਨ ਖਾਸ ਤੌਰ ਤੇ ਬਾਰਡਰ ਸਰਹੱਦੀ ਜ਼ਿਲ੍ਹੇ ਦੀਆਂ ਮੈਂ ਗੱਲਾਂ ਕਰਾਂ ਜਿੱਥੇ ਇਹ ਗੱਲਾਂ ਚੱਲੀਆਂ, ਤਾਂ ਉੱਥੇ ਸੁਖਵਿੰਦਰ ਜੀ ਗਰਦੌਰੀ ਹੋਈ, ਪਰ ਗਰਦੌਰੀ ਦੇ ਵਿੱਚ ਹਰ ਕਿਸਾਨ ਦੀ ਜਿਹੜੀ ਫਸਲ ਹੈ ਉਹ 25% ਹੀ ਦੱਸੀ ਗਈ। ਹੁਣ ਦੂਜਾ ਦੁਖਦਾਈ ਦੂਜਾ ਤਸਵੀਰ ਦਾ ਦੂਜਾ ਪੱਖ ਸੁਖਵਿੰਦਰ ਜੀ ਇਹ ਆ ਕਿ ਫਸਲਾਂ ਜਿਹੜੀਆਂ ਸੀ ਕਣਕ ਲੰਮੇ ਪੈ ਗਈ ਪੈਲੀਆਂ ਦੇ ਵਿੱਚ, ਪਰ ਉਸ ਵੇਲੇ ਕਿਸਾਨ ਜਿਹੜੇ ਕਿਸਾਨ ਯੂਨੀਅਨ ਨੇ ਧਰਨੇ ਲਾ ਕੇ ਇਸ ਗੱਲ ਕੀ ਮੁਆਵਜ਼ੇ ਦੀ ਮੰਗ ਕੀਤੀ। ਪਰ ਦੂਜੇ ਪਾਸੇ ਇੰਟਰਸਟਿੰਗ ਸੁਖਵਿੰਦਰ ਜੀ ਗੱਲ ਇਹ ਵੀ ਆ ਕਿ ਜਿਹੜੀ ਡਿੱਗੀ ਕਣਕ ਆ ਉਸ ਦਾ ਝਾੜ ਜਿਹੜਾ ਹੁਣ ਪਹਿਲਾਂ ਨਾਲੋਂ ਜ਼ਿਆਦਾ ਨਿਕਲ ਆ ਰਿਹਾ, ਕਿਸਾਨ ਇਸ ਮੁੱਦੇ ਤੋਂ ਚੁੱਪ ਕਰ ਗਿਆ। ਇਹ ਵੀ ਇੱਕ ਤਸਵੀਰ ਦਾ ਦੂਜਾ ਪੱਖ ਹੈਗਾ ਜਿਹੜਾ ਕੱਲ੍ਹ ਖੁਲਾਸੇ ਜਿਹੜੇ ਹੋਏ। ਤਾਂ ਅਜਿਹੀ ਸਥਿਤੀ ਦੇ ਵਿੱਚ ਸੁਖਵਿੰਦਰ ਜੀ ਪਹਿਲਾਂ ਤਾਂ ਸਰਕਾਰ ਦੀ ਨੀਅਤ ਦੀ ਗੱਲ ਕਰ ਦਈਏ ਕਿ ਜਿਸ ਤਰੀਕੇ ਨਾਲ ਹਦਾਇਤਾਂ ਇਹ ਜਾਰੀ ਕਰ ਦਿੱਤੀਆਂ ਗਈਆਂ ਕਿ ਹਾਂ 25% ਤੋਂ ਵੱਧ ਤੁਸੀਂ ਰਿਪੋਰਟ ਜਿਹੜੀ ਨਹੀਂ ਕਰਨੀ, ਤਾਂ ਜਦੋਂ ਇਹ ਰਿਪੋਰਟ ਹੋ ਗਈ ਤਾਂ ਕੁਦਰਤੀ ਤੌਰ ਤੇ ਕਿਸਾਨ ਜਿਹੜਾ ਬੋਲਣ ਜੋਗਾ ਰਹਿ ਨਹੀਂ ਗਿਆ। ਤਾਂ ਮੈਂ ਨਾਇਬ ਤਹਿਸੀਲਦਾਰ ਨੂੰ ਪੁੱਛਿਆ, ਮੈਂ ਕਿਹਾ ਕਿਸਾਨ ਇਸ ਦਾ ਵਿਰੋਧ ਨਹੀਂ ਕਰਦੇ? ਕਹਿੰਦਾ ਕਿਸਾਨਾਂ ਨੇ ਵਿਰੋਧ ਕਿਵੇਂ ਕਰਨਾ, ਉਹਨਾਂ ਨੂੰ ਸਾਡੇ ਨਾਲ ਹੋਰ ਕਿਹੜੇ ਕੰਮ ਨਹੀਂ ਪੈਣੇ, ਹੁਣ ਉਹਨਾਂ ਨੂੰ ਕਿਹੜੇ ਕੰਮ ਨਹੀਂ ਪੈਣੇ? ਇਸ ਕੰਮ ਨੇ ਕਿਸਾਨਾਂ ਦਾ ਜਿਹੜਾ ਮੂੰਹ ਆ ਸੁਖਵਿੰਦਰ ਜੀ ਉਹ ਚੁੱਪ ਕਰਾਤਾ। ਤੇ ਸਰਕਾਰ ਦੋਵੇਂ ਪਾਸੇ ਹੋ ਗਈ ਕਿ ਵੇਖੋ ਜੀ ਅਸੀਂ ਤਾਂ ਮੁਆਵਜ਼ਾ ਦਿੱਤਾ, ਜਿਹੜਾ ਮੁਆਵਜ਼ਾ ਸੁਖਵਿੰਦਰ ਜੀ ਦਿੱਤਾ ਗਿਆ ਉਹ ਕੇਵਲ ਤੇ ਕੇਵਲ 41 ਲੱਖ ਹੈਕਟਰ ਕਿਸਾਨਾਂ ਨੂੰ ਹੀ ਦਿੱਤਾ ਗਿਆ, ਜਿਨ੍ਹਾਂ ਦਾ 75% ਤੋਂ 100% ਨੁਕਸਾਨ ਹੋਇਆ, ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਵਿੱਚ। ਦੁਆਬੇ ਦੇ ਖੇਤਰ 'ਚ ਗੱਲ ਕਰੀਏ, ਮਾਝੇ ਦੇ ਖੇਤਰ ਦੀ ਗੱਲ ਕਰਾਂ, ਤਾਂ ਸੁਖਵਿੰਦਰ ਜੀ ਇਹ ਮੁਆਵਜ਼ੇ ਦੀ ਸੀਮਾ ਜਿਹੜੀ ਆ ਕੇਵਲ ਤੇ ਮਹਿਜ਼ 25% ਰੱਖ ਕੇ ਹੀ ਇਸ ਕੰਮ ਨੂੰ ਨਿਬੇੜ ਦਿੱਤਾ ਗਿਆ। ਹੁਣ ਇਹ ਤੱਥ ਮੈਂ ਤਾਂ ਪੇਸ਼ ਕਰਦਾ ਪਿਆ ਕਿ ਉਹੀ ਇਹ ਗੱਲਾਂ ਸਾਹਮਣੇ ਆਈਆਂ। ਹੁਣ ਸਰਕਾਰ 100 ਵਾਰੀ ਇੱਦਾਂ ਦੀ ਕਹੀ ਜਾਂਦੀ ਕਿ ਅਸੀਂ ਕਿਸਾਨਾਂ ਨੂੰ ਮੁਆਵਜ਼ਾ ਦੇ ਰਹੇ ਹਾਂ, ਸਰਕਾਰ ਕਿਸਾਨਾਂ ਨੂੰ ਪਹਿਲਾਂ ਮੁਆਵਜ਼ਾ ਦਿੱਤਾ, ਉਹਦੇ ਨਾਲ ਹੀ 10% ਮੁਆਵਜ਼ਾ ਜਿਹੜਾ ਕਿਸਾਨ ਨੂੰ ਦੇਣਾ ਸੀ ਖੇਤ ਮਜ਼ਦੂਰ ਨੂੰ ਵੀ ਦਿੱਤਾ ਗਿਆ। ਮਜ਼ਦੂਰ ਦਿਵਸ ਦੇ ਉੱਤੇ ਭਗਵੰਤ ਮਾਨ ਨੇ ਇਹ ਐਲਾਨ ਕੀਤਾ।
पर जेडे असल किसान जेडे पीड़ित हुए जा असल किसानों का जिन्हों का वाकई फसल गई पर सरकार दी हदायतों के उत्ते मूँह अपना नहीं खोल सके उन्हों का जो शोषण आ सुखविंदर जी एक किस्म का सरकारी तंत्र ने किया। मुख्यमंत्री साहब के दावे या वादे अलग ने पर जिस तरीके ने मशीनरी ने थले उन्होंने दबाया किसानों इसकी जांच सुखविंदर जी जरूर होनी चाहिए आ। बाकी दूजे पास यह भी मैं दस दवा कि किसान इस करके चुप नहीं क्योंकि उन्होंने होर किहड़े काम उन्होंने गरदौरी पटवारी गरदौड़ना नहीं पैने तो उन्होंने दूजे पास जिहड़े ये डीसी या नायब तहसीलदारों का यह भी तर्क है कि झाड़ जिहड़ा अगे नालों ज्यादा होया फसल पूरी तरह जिहड़ी तबाह नहीं सी हुई डिग पई सी हुण झाड़ उहदा वध होया। बाकी सरकार नूं इह गल चाहिए कि जे सरकार मुआवजा देने की गल करती है तो सुखविंदर जी फिर निरपक्ष तौर पर दिता जाना चाहिए चोर मोहरिया राही एक पासे ऐलान करके दूजे पासे हदायत करके विचकारला रस्ता कढ़ के इहो जिहा ओह मुआवजा डक नहीं लैना चाहिए जां तुसीं ऐलान करो ना जे ऐलान करना तो फिर पूर्ण तौर पर वह जिहड़ियां शर्तां ने वह नरम होनियां चाहीदियां ते मुआवजा जिहड़ा हर गरीब तो गरीब दे व्यक्ति तक पहुंचाया जाना चाहिए। बिल्कुल चलो अणखी साहब तुसीं साडे नाल प्रोग्राम जुड़े तुहाडा बहुत बहुत धन्यवाद। बहुत बहुत शुक्रिया सुखविंदर जी। राजस्थान प्रोफेसर मनजीत सिंह गणकी साहब जिन्होंने वालों अहम खबर साढ़े गलबात की उम्मीद करते हैं गणकी साहब की गलबात जरूर पसंद आई दोबारा फिर मिलेंगे। धन्यवाद।